ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਮੈਂ ਆਪਣੇ ਬਹੁਤ ਪੁਰਾਣੇ ਪਿਆਰੇ ਮਿੱਤਰ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜਿਹੜੇ ਉਹਨਾਂ ਨੂੰ ਮਿਲਣ ਆਇਆ, ਇਹਨਾਂ ਦੇ ਵਿਚਾਰ ਮੈਂ ਵਾਤਾਵਰਨ ਦੇ ਲਈ ਸੁਣਨੇ ਅੱਜ। ਹਾਂਜੀ, ਸਾਡੀ ਸ਼ੁਰੂਆਤ ਹੀ ਕੁਦਰਤ ਤੋਂ ਹੁੰਦੀ ਹੈ। ਹਾਂਜੀ, ਕੁਦਰਤ ਤੇ ਤੱਤੇ ਤੇ ਸਿਆਰੀ ਹੈ, ਕੁਦਰਤੀ ਤੱਤੇ ਤੇ ਸਿਆਰੀ ਹੈ ਤੇ ਬਲਿਹਾਰੀ ਕੁਦਰਤ ਵਸਿਆ। ਉਹ ਕਰਤਾ ਜਿਹੜਾ ਹੈ ਉਹ ਆਪਣੀ ਕੁਦਰਤ ਨੂੰ ਬਣਾ ਕੇ ਉਹਦੇ ਵਿੱਚ ਸ਼ਮੂਲੀਅਤ ਕਰਦਾ ਤੇ ਰੰਗ ਮਾਣਦਾ। ਹਾਂਜੀ, ਹਰ ਪੇੜ ਦੇ ਵਿੱਚ, ਹਰ ਪੰਛੀ ਦੇ ਵਿੱਚ, ਹਰ ਜੋ ਉਹਨੇ ਰਚਿਆ ਉਹਦੇ ਵਿੱਚ ਬਹਿ ਕੇ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਤੈ ਚਾਨਣ, ਸਭ ਮੈਂ ਚਾਨਣ ਹੋਏ। ਕੁਦਰਤ ਦਾ ਕੰਸੈਪਟ ਬਹੁਤ ਵੱਡਾ ਹੈ ਅਤੇ ਸਾਰੀ ਬੰਦਗੀ ਨਾਲ ਰਿਲੇਟਿਡ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਆਪਾਂ ਆਸਾ ਦੀ ਵਾਰ ਵਿੱਚ ਸੁਣਦੇ ਹਾਂ, ਕੁਦਰਤ ਦਿਸ਼ਾ ਹੈ। ਜਦੋਂ ਅੱਖ ਵਿੱਚ ਜੋਤ ਮਿਲਦੀ ਹੈ, ਗੁਰ ਪਰਮੇਸ਼ਰ ਪ੍ਰਗਾਸ਼ ਕਰਦਾ, ਕਿਸੇ ਦੇ ਹਿਰਦੇ ਵਿੱਚ ਪ੍ਰਗਾਸ਼ ਹੁੰਦਾ ਬਾਣੀ ਦਾ, ਅਤੇ ਉਹਨੂੰ ਸਭ ਤੋਂ ਪਹਿਲੇ ਉਹਦੀਆਂ ਅੱਖਾਂ ਜਦੋਂ ਪ੍ਰਗਾਸ਼ ਹੁੰਦੀਆਂ ਨੇ ਤਾਂ ਉਹਨੂੰ ਕੁਦਰਤ ਵਿੱਚੋਂ ਕਾਦਰ ਵਿਖਾਈ ਦਿੰਦਾ। ਵਾਹ, ਕੁਦਰਤ ਦਿਸ਼ਾ, ਕੁਦਰਤ ਸੁਣੀਐ, ਕੁਦਰਤ ਬਹੁਤ ਸੁਖਸਾਰ, ਕੁਦਰਤ ਪਾਤਾਂ ਲਈ ਆਕਾਸ਼ੀ, ਕੁਦਰਤ ਸਰਬ ਅਕਾਰ, ਕੁਦਰਤ ਵੇਦ ਪੁਰਾਣ ਕਿਤਾਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਮਾਨ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ, ਨਾਨਕ ਹੁਕਮੈਂ ਅੰਦਰ ਵੇਖੇ ਵਰਤੈ ਤਾਕੋ ਤਾਕ। ਜਦੋਂ ਅੰਦਰ ਵੜ ਕੇ ਮੈਂ ਹੁਕਮ ਦੇ ਅੰਦਰ ਵੜਿਆ, ਮੇਰੀਆਂ ਅੱਖਾਂ ਵਿੱਚ ਪ੍ਰਗਾਸ਼ ਹੋਇਆ ਅਤੇ ਮੈਂ ਕਿਹਾ ਬਈ ਕੇਤੀਆਂ ਤੇਰੀਆਂ ਕੁਦਰਤੀ, ਕੇਵਟ ਤੇਰੀ ਦਾਤ, ਕੇਤੇ ਤੇਰੇ ਜੀ ਜੰਤ, ਸਿਫਤ ਕਰੈਂ ਤਿੰਨ ਰਾਤ, ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਦਾਤ, ਸਾਰੀ ਕੁਦਰਤ ਹੀ ਹੈ ਸਾਰਾ। ਇਹ ਰੱਬ ਦੀ ਜਿਹਨੂੰ ਇਸ ਕੁਦਰਤ ਵਿੱਚੋਂ ਵਾਹਿਗੁਰੂ ਵਿਖਾਣ ਲੱਗ ਵਿਖਾਈ ਪੈਣ ਲੱਗ ਪਿਆ, ਅਸਲ ਉਹੀ ਰੱਬ ਹੈ। ਬਿਲਕੁਲ ਬਿਲਕੁਲ, ਬਾਕੀ ਜਿਹੜੇ ਅੱਖਾਂ ਬੰਦ ਕਰਕੇ ਜਿਹੜੇ ਕਹਿੰਦੇ ਨਾ ਵਾਹਿਗੁਰੂ ਵਿਖਾਈ ਪਿਆ, ਠੀਕ ਹੈ ਵਾਹਿਗੁਰੂ ਵਿਖਾਈ ਪੈਂਦਾ ਹੋਏਗਾ, ਪਰ ਅੱਖਾਂ ਖੋਲਣ ਤੋਂ ਬਾਅਦ ਕੁਦਰਤ ਚੀ ਵਸੇ ਵਾਹਿਗੁਰੂ ਹੈ ਨਾ। ਵੀ ਆਪਾਂ ਪੁਰਾਣੇ ਸਮੇਂ 'ਚ ਵੀ ਜਦੋਂ ਸਾਖੀਆਂ ਵੀ ਪੜ੍ਹਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਉਹ ਕਹਿੰਦੇ ਸੀ ਵੀ ਸਵੇਰੇ ਇਸ਼ਨਾਨ ਕਰਨ ਜਾਂਦੇ ਸੀ ਤੇ ਵੇਈ ਦੇ ਕੰਢੇ ਤੇ ਕਈ ਵਾਰੀ ਭਾਈ ਮਰਦਾਨਾ ਜੀ ਤੇ ਉਹ ਕੀਰਤਨ ਕਰਦੇ ਸੀ, ਹਨਾ। ਸਾਰਾ ਕੁਦਰਤੀ ਮਾਹੌਲ ਤੇ ਮੈਡੀਟੇਸ਼ਨ ਤੇ ਰੱਬ ਨਾਲ ਮਿਲਾਪ ਤੇ ਅੰਮ੍ਰਿਤ ਵੇਲਾ, ਸਾਰੇ ਇਹ ਸਾਡੇ ਆਤਮਿਕ ਜੀਵਨ ਲਈ ਸਹਾਈ ਨੇ, ਹਨਾ। ਇਹ ਕੁਦਰਤ ਜਿਹੜੀ ਹੈ ਅੰਮ੍ਰਿਤ ਵੇਲੇ, ਤੁਸੀਂ ਵੇਈ ਨਦੀ ਦੀ ਗੱਲ ਕੀਤੀ ਹੈ ਨਾ, ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿੰਨੇ ਸਥਾਨ ਨੇ ਨਾ, ਭਾਵੇਂ ਉਹ ਪਾਉਂਟਾ ਸਾਹਿਬ ਲੈ ਲਓ ਤੇ ਭਾਵੇਂ ਉਹ ਪਟਨਾ ਸਾਹਿਬ ਲੈ ਲਓ ਤੇ ਭਾਵੇਂ ਹੇਮਕੁੰਡ ਸਾਹਿਬ ਲੈ ਲਓ, ਹਾਂਜੀ ਜਿੰਨੇ ਲੈ ਲਓ ਨਾ, ਇਹ ਤੁਹਾਨੂੰ ਵਾਤਾਵਰਨ ਦੇ ਕਰੀਬ ਹੀ ਮਿਲਣਗੇ। ਬਿਲਕੁਲ, ਕਿਉਂਕਿ ਨੇਚਰ ਜਿਹੜਾ ਹੈ ਖੁਦ ਵਾਹਿਗੁਰੂ ਜੀ ਨੂੰ ਯਾਦ ਕਰਾਉਂਦਾ, ਤੇ ਜਿਹੜਾ ਵੀ ਅਧਿਆਤਮਕ ਮਨ ਹੈ ਨਾ, ਹਾਂਜੀ, ਜਿਸ ਅਧਿਆਤਮਕ ਮਨ ਵਿੱਚ ਸਭ ਤੋਂ ਪਹਿਲੇ ਵਾਹਿਗੁਰੂ ਚੇਤੇ ਆਉਂਦਾ। ਬਿਲਕੁਲ, ਅਧਿਆਤਮਕ ਮਨ ਨੂੰ ਸਭ ਤੋਂ ਪਹਿਲੇ ਕੁਦਰਤ ਦੀ ਲੋਚਾ ਹੁੰਦੀ ਹੈ। ਕਿਉਂ ਜਾਂਦੇ ਸੀ, ਪ੍ਰਗਟ ਭਾਰ ਹੈ ਜਪ ਦਾ, ਸਭ ਨਾਮ ਇਹਨੂੰ ਪ੍ਰਤਾਪ ਦਾ, ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ, ਹਾਂਜੀ। ਤੇ ਭਾਈ ਵੀਰ ਸਿੰਘ ਇੱਕ ਜਗ੍ਹਾ ਲਿਖਦੇ ਨੇ ਬੜੀ ਪਿਆਰੀ ਬਾਤ, ਕਿ ਕਦੀ ਕਦੀ ਨਾ ਨੇਚਰ ਦੇ ਵਿੱਚ ਜਾ ਕੇ, ਨਾ ਕੁਦਰਤ ਵਿੱਚ ਜਾ ਕੇ ਸੋਦਰ ਦਾ ਪਾਠ ਤੁਸੀਂ ਸਹਿਜੇ ਸਹਿਜੇ ਬੈਰਾਗ ਕਰੋ,
ਤੁਹਾਨੂੰ ਉਹ ਆਨੰਦ ਟਪਕੇਗਾ ਜਿਹੜਾ ਤੁਸੀਂ ਜਿਸ ਆਨੰਦ ਨੂੰ ਤੁਸੀਂ ਬਾਣੀ ਚ ਪੜ੍ਹਦੇ ਨਾ, ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ। ਤੇ ਕੁਦਰਤ ਵਿੱਚ ਕਦੀ ਸੋਧਰ ਕਰਕੇ ਨਾ ਨਿਮੀ ਨਿਮੀ ਜੀ ਸੈਰ ਕਰੋ ਤੇ ਇਹ ਪੇੜ ਪੌਦਿਆਂ ਨੂੰ ਵੇਖ ਕੇ ਨਾ ਕੁਦਰਤ ਦਾ ਆਨੰਦ ਲੈਂਦੇ ਆ, ਸੋਧਰ ਦਾ ਇੱਕ ਇੱਕ ਤੁੱਕ ਪੜੋ ਨਾਲ, ਫਿਰ ਵੇਖੋ ਆਨੰਦ ਕੀ ਬਣਦਾ। ਬਿਲਕੁਲ, ਏਅਰ ਪੋਲਿਊਸ਼ਨ ਹਾਈ ਤੇ ਆ, ਵਾਟਰ ਪੋਲਿਊਸ਼ਨ ਸਿਖਰ ਤੇ ਆ, ਵੀ ਇੱਥੇ ਤੱਕ ਹੋ ਗਿਆ ਕਿ ਰੋਜ਼ ਪੰਜਾਬ ਦੇ ਵਿੱਚ 18 to 20 ਕੇਸ ਕੈਂਸਰ ਦੇ ਬਣ ਰਹੇ ਆ। ਇਹ ਸਾਰੇ ਕਿਉਂਕਿ ਸਾਡੀ 70% ਬੋਡੀ ਸਾਰੀ ਹੈ ਹਵਾ, ਰੋਜ਼ ਅਸੀਂ 550 liter ਆਕਸੀਜਨ ਲੈ ਰਹੇ ਹਾਂ ਅਤੇ ਰੋਜ਼ ਕਿੰਨਾ ਪਾਣੀ ਸਾਡੀ ਬਣਤਾ ਹੀ ਪਾਣੀ ਦੀ, ਸਾਨੂੰ ਅਸੀਂ ਸੁਚੇਤ ਨਹੀਂ ਹਾਂ। ਹਾਂ, ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਧਰਮ ਦੇ ਨਾਂ 'ਤੇ ਗਲਤ ਕੰਮ ਕਰ ਰਹੇ। ਉਹ ਕਿਵੇਂ ਜੀ? ਜਿਵੇਂ ਹੁਣ ਲੰਗਰ ਵਿੱਚ ਅਸੀਂ ਉਹ ਚੀਜ਼ਾਂ ਇਸਤੇਮਾਲ ਕਰਦੇ ਹਾਂ ਜਿਹੜੀਆਂ ਸਾਡੇ ਵਿੱਚ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ। ਜਿੱਦਾਂ ਆਪਾਂ ਨੂੰ ਪਤਾ ਖਾਣ ਪੀਣ ਚੀਜ਼ਾਂ ਅੱਜ ਕੱਲ੍ਹ ਉਹਦੀ ਖੇਤੀ ਕਰਨ ਵਿੱਚ ਯੂਰੀਆ ਵਗੈਰਾ ਯੂਜ ਕਰਦੇ ਨੇ। ਹਾਂਜੀ, ਜ਼ਹਿਰ ਹੈ, ਕੀਟਨਾਸ਼ਕ ਦਵਾਈਆਂ ਸਾਰੀਆਂ ਇੱਕ ਤਰ੍ਹਾਂ ਨਾਲ ਜ਼ਹਿਰ ਹੈ ਨਾ। ਬਿਲਕੁਲ ਬਿਲਕੁਲ, ਆਪਾਂ ਕਿਸੇ ਨਾ ਕਿਸੇ ਪੱਖੋਂ ਇੰਨੇ ਵੱਡੇ ਵੱਡੇ ਅਦਾਰੇ ਨੇ ਸਾਡੇ ਕੋਲ, ਇੰਨੀਆਂ ਵੱਡੀਆਂ ਵੱਡੀਆਂ ਜ਼ਮੀਨਾਂ ਨੇ ਕਿ ਅਸੀਂ ਔਰਗੈਨਿਕ ਭੋਜਨ ਨਹੀਂ ਪੈਦਾ ਕਰ ਸਕਦੇ ਜੇ ਅਗਰ ਅਸੀਂ ਉਦਮ ਕਰੀਏ ਤੇ ਸਿੱਖ ਕੀ ਨਹੀਂ ਕਰ ਸਕਦੇ। ਹਾਂਜੀ, ਫਿਰ ਇਹ ਨਗਰ ਕੀਰਤਨਾਂ ਵਿੱਚ ਅਸੀਂ ਦੇਖੋ ਲੰਗਰਾਂ ਵਿੱਚ ਅਸੀਂ ਕੀ ਨਹੀਂ ਕੀਤਾ, ਕਿੰਨੇ ਅਸੀਂ ਆਤਿਸ਼ਬਾਜ਼ੀਆਂ ਕਰ ਕਰਕੇ। ਹੁਣ ਤਾਂ ਖੈਰ ਸੁਚੇਤ ਹੋ ਰਹੇ ਨੇ ਸਾਡੀ ਸਿੱਖ ਕੌਮ, ਪਿੱਛੇ 2-3 ਸਾਲਾਂ ਤੋਂ ਮੈਂ ਦੇਖ ਰਿਹਾ ਦੀਵਾਲੀ ਵਿੱਚ ਵੀ ਕੋਸ਼ਿਸ਼ ਕਰਦੇ ਨੇ ਵੀ ਪਟਾਕੇ ਨਹੀਂ ਛਡਾਉਣੇ, ਜਿਹਦੇ ਨਾਲ ਸਾਡੇ ਬੱਚਿਆਂ ਨੂੰ, ਆਉਣ ਵਾਲੇ ਬੱਚਿਆਂ ਨੂੰ ਸਾਹ ਲੈਣਾ ਔਖਾ ਹੋ ਜਾਵੇ। ਹਾਂ, ਵੀ ਤੁਸੀਂ ਤਾਂ ਕਿਸੇ ਤਰ੍ਹਾਂ ਜੀ ਜਾਓਗੇ, 50-60 ਤੁਹਾਡੀ ਉਮਰ ਹੈ, 100 ਸਾਲ ਨਿਕਲ ਜਾਏਗੀ ਤੁਹਾਡੀ, ਅਤੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਦਾ ਸਾਹ ਤਾਂ ਤੁਸੀਂ ਘੋਟ ਦਿੱਤਾ। ਬਿਲਕੁਲ ਜੀ, ਬਿਲਕੁਲ ਖਤਮ। ਹਾਂਜੀ, ਇੱਕ ਮੈਨੂੰ ਇਹ ਜਿਹੜੀਆਂ ਅਸੀਂ ਲੰਗਰਾਂ ਵਿੱਚ ਉਹ ਸ਼ੁਰੂ ਕਰ ਦਿੱਤੀਆਂ ਨੇ ਉਹ ਪਲਾਸਟਿਕ ਦੇ ਬਰਤਨ, ਕੀ ਥਰਮੋਕੋਲ ਵਗੈਰਾ, ਇਹ ਹੁਣ ਪਿੱਛੇ ਏਮਸ ਦੀ ਰਿਪੋਰਟ ਵੀ ਮੈਂ ਪੜ੍ਹੀ ਵਟਸਐਪ ਤੇ ਕਿ ਇਹਦੇ ਨਾਲ ਕੈਂਸਰ ਹੁੰਦਾ। ਬਿਲਕੁਲ ਜੀ, ਬਿਲਕੁਲ ਸਹੀ ਹੈ। ਮੈਂ ਤੁਹਾਨੂੰ ਆਪ ਦੱਸਾਂ, ਇਹ ਤਾਂ ਸੰਗਤ ਨੂੰ ਸੁਚੇਤ ਕਰੋ ਵੀ ਇਹ ਤੋਂ ਤੌਬਾ ਹੀ ਕਰ ਲਓ ਜੀ। ਨਹੀਂ, ਇਹ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਬਈ, ਉਹ ਜਿਹੜੇ ਪੱਤਲ ਹੁੰਦੇ ਸੀ ਨਾ ਪਹਿਲਾਂ, ਹਾਂਜੀ, ਉਹ ਜ਼ਿਆਦਾ ਵਧੀਆ ਹੁੰਦੇ ਸੀ। ਬਿਲਕੁਲ, ਪੱਤਲ ਘੱਟ ਤੋਂ ਘੱਟ ਸੁੱਚੇ ਨੇ, ਸੁੱਚੇ ਨੇ, ਉਹ ਸਾਫ਼ ਹੋ ਜਾਂਦੇ ਨੇ, ਪਰ ਇਹਨੂੰ ਅਸੀਂ ਕਦੀ ਵੀ ਥਰਮੋਕੋਲ ਖਤਮ ਨਹੀਂ ਆਉਂਦਾ, ਉਹਨੂੰ ਗਲਦਾ ਹੀ ਨਹੀਂ, ਧਰਤੀ 'ਚ ਪਾ ਦਈਏ ਤੇ 1 ਲੱਖ ਸਾਲ ਤੱਕ ਵੀ ਇਹ ਥਰਮੋਕੋਲ ਨੇ ਉੱਦਾਂ ਹੀ ਰਹਿਣਾ, ਤੇ ਪੱਤਾ ਤਾਂ ਪੱਤਾ 1.5 ਮਹੀਨੇ 'ਚ ਪੱਤੇ ਨੇ ਮਿੱਟੀ ਨਾਲ ਮਿੱਟੀ ਹੋ ਜਾਣਾ, ਸੋ ਕੁਦਰਤੀ ਚੀਜ਼ ਆ। ਮੈਂ ਸਾਰੀ ਸੰਗਤ ਨੂੰ ਬੇਨਤੀ ਤੇ ਕਰ ਸਕਦਾ, ਇਹ ਕੰਮ ਇੱਕਦਮ ਨਹੀਂ ਹੋਏਗਾ ਮੇਰੀ ਬੇਨਤੀ 'ਚ, ਪਰ ਆਪਾਂ ਸ਼ੁਰੂਆਤ ਤਾਂ ਕਿਤੋਂ ਨਾ ਕਿਤੋਂ ਤਾਂ ਕਰਨੀ। ਮੈਂ ਸ਼ੁਰੂਆਤ ਕਰਤੀ, ਮੈਂ ਤੁਹਾਨੂੰ ਆਪ ਆਪਣੀ ਗੱਲ ਦੱਸਾਂ ਕਿ ਮੈਂ ਜਿੱਥੇ ਵੀ ਜਾਣਾ ਲੰਗਰ 'ਚ, ਮੈਂ ਕਹਿੰਦਾ ਮੈਨੂੰ ਸਟੀਲ ਦੀ ਥਾਲੀ ਲਿਆ ਕੇ ਦਿਓ। ਵੈਰੀ ਗੁੱਡ, ਭਾਵੇਂ ਉਹ ਲੋਕ ਕੁਛ ਵੀ ਸਮਝਣ, ਮੈਂ ਲੰਗਰ 'ਚ ਸਟੀਲ ਦੀ ਥਾਲੀ ਲੈ ਕੇ ਖਾਣਾ। ਅਸੀਂ ਤੇ ਭਾਂਡਿਆਂ ਦੀ ਸੇਵਾ ਹੀ ਮੁਕਾਤੀ, ਚੁੱਕ ਕੇ ਉਹਨੂੰ ਬੋਰੇ 'ਚ ਪਾਉਂਦੇ ਹਾਂ ਤੇ ਜਾ ਕੇ ਸੁੱਟ ਆਉਂਦੇ ਹਾਂ, ਸੇਵਾ ਕਿੱਥੇ ਰਹਿ ਗਈ? ਪ੍ਰਸ਼ਾਦੇ ਬਣਾਉਣ ਵਾਲੀਆਂ ਮਸ਼ੀਨਾਂ ਆ ਗਈਆਂ, ਹੈਂ, ਬਰਤਨ ਰੇਡੀਮੇਡ ਆ ਗਏ, ਚੁੱਕ ਕੇ ਵਿੱਚ ਪਾਏ ਤੇ ਚੁੱਕ ਕੇ ਸੁੱਟ ਆਏ, ਸੇਵਾ ਦਾ ਕੰਸੈਪਟ ਤਾਂ ਬਿਲਕੁਲ ਇਹਨਾਂ ਖਤਮ ਹੋ ਜਾਣਾ ਜੇ ਅਸੀਂ ਲੋਕ ਸੁਚੇਤ ਨਾ ਹੋ। ਇਹ ਜਿਹੜੀ ਨਿਮਰਤਾ ਆਉਂਦੀ ਹੈ ਬਰਤਨ ਮਾਂਜਣ ਨਾਲ, ਹੁਣ ਕੱਲ ਫਿਲਮ ਅਸੀਂ ਦੇਖ ਰਹੇ ਸੀ ਪ੍ਰਾਊਡ ਟੂ ਬੀ ਸੇਫ,
ਤੇ ਉਹ ਕਿੰਨਾ ਵਧੀਆ ਬਿੱਲੇ ਭਾਜੀ ਜਿਹੜੀ ਐਕਟਿੰਗ ਕਰ ਰਹੇ ਸੀ ਅਕਰਿੰਦਰ ਸਿੰਘ ਨੇ ਭਾਂਡੇ ਧੋ ਕੇ ਤੇ ਉਹ ਭਾਂਡੇ ਧੋ ਕੇ ਕਹਿੰਦੇ ਨੇ ਜੀ ਨਿਮਰਤਾ ਪੈਦਾ ਹੁੰਦੀ ਤੇ ਹੁਣ ਨਿਮਰਤਾ ਕਿੱਦਾਂ ਪੈਦਾ ਹੋਏਗੀ ਜੇ ਥਰਮੋਕੋਲ ਇਸਤੇਮਾਲ ਕਰਾਂਗੇ ਉਹ ਤਾਂ ਸਗੋਂ ਮੇਰੇ ਖਿਆਲ ਹੋਮੇ ਦਾ ਪ੍ਰਗਟਾਵਾ ਵੀ ਅਸੀਂ ਜਿਹੜੀ ਜਿਹਨੂੰ ਮਾਤਾ ਧਰਤ ਕਹਿ ਕੇ ਰੋਜ਼ ਸਲੋਕ ਪੜ੍ਹ ਕੇ ਨਿਵਾਜਦੇ ਹਾਂ ਤੇ ਮਾਤਾ ਧਰਤ ਨੂੰ ਅਸੀਂ ਕੂੜਾ ਰੋਜ਼ ਭੇਟ ਕਰੀਏ ਉਹ ਨਿਮਰਤਾ ਤੋਂ ਉਲਟ ਹੈ ਵੀ ਸਾਡੀ ਹੋਮੇ ਦਾ ਪ੍ਰਗਟਾਵਾ ਤੇਰੀ ਮਾਂ ਤੇਰੀ ਪਰਵਾਹ ਨਹੀਂ ਸਾਨੂੰ ਉਹ ਕੁੱਲੜ ਕੁੱਲੜ ਹੁੰਦੇ ਸੀ ਪੁਰਾਣੇ ਤੁਸੀਂ ਭਾਈ ਸਾਹਿਬ ਕਦੀ ਕਦੀ ਉਹਨੂੰ ਯੂਜ਼ ਕੀਤਾ ਹੋਵੇ ਇੰਨਾ ਸਵਾਦ ਆਉਂਦਾ ਸੀ ਨਾ ਉਹਦੇ ਵਿੱਚ ਮਿੱਟੀ ਦੇ ਬਰਤਨ ਕਮਾਲ ਦੇ ਨੇ ਪਰ ਹਾਂ ਠੀਕ ਹੈ ਅਸੀਂ ਪਰ ਪਦਾਰਥਵਾਦੀ ਹੋ ਗਏ ਹਾਂ ਹੁਣ ਬਹੁਤ ਜ਼ਿਆਦਾ ਪੈਸਾ ਸਾਡੇ ਕੋਲ ਤੇ ਅਸੀਂ ਹਰ ਚੀਜ਼ ਨੂੰ ਨਾ ਖਰੀਦ ਰਹੇ ਹਾਂ ਅਵੇਸਲੇ ਹੋ ਕੇ ਕਿ ਬਈ ਕੰਮ ਨਾ ਕਰਨਾ ਪਏ ਪਰ ਇੱਕ ਗੱਲ ਨੋਟ ਕਰ ਲਓ ਜਿੰਨਾ ਅਸੀਂ ਕੰਮ ਤੋਂ ਭੱਜ ਰਹੇ ਹਾਂ ਨਾ ਜਿੰਨਾ ਫਿਜ਼ੀਕਲ ਐਕਟੀਵਿਟੀਜ਼ ਤੋਂ ਭੱਜ ਰਹੇ ਹਾਂ ਸਾਡੇ ਸਰੀਰ ਵਿੱਚ ਬਿਮਾਰੀਆਂ ਦੇ ਬਿਮਾਰੀਆਂ ਬਿਮਾਰੀਆਂ ਦੇ ਫਿਰ ਸਾਈਕਲ ਨੂੰ ਲੈਂਦੇ ਇੰਨੀ ਵਧੀਆ ਕਾਰ ਹੈ ਡਾਕਟਰ ਤੇ ਕਹਿਣ ਤੇ ਫਿਰ ਸਾਈਕਲ ਲੈ ਕੇ ਪਾਰਕ ਵਿੱਚ ਭੱਜੇ ਫਿਰਦੇ ਹਾਂ ਸਾਈਕਲ ਚਲਾਉਣੀ ਅਤੇ ਇਸ ਨਾਲੋਂ ਚੰਗਾ ਸੇਵਾ ਦਾ ਕੰਸੈਪਟ ਪੂਰਾ ਰਹਿਣ ਦਈਏ ਬਰਤਨ ਮਾਂਜੀਏ ਹਾਥੀ ਸੇਵਾ ਕਰੀਏ ਅਤੇ ਗੁਰਦੁਆਰਿਆਂ ਵਿੱਚ ਇੰਨੀਆਂ ਵੱਡੀਆਂ ਕਮੇਟੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿਸੇ ਤਰ੍ਹਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਪੰਥ ਦਰਦੀ ਹੈ ਬਈ ਤੁਸੀਂ ਉਹ ਥਰਮੋਕੋਲ ਬੰਦ ਕਰਕੇ ਅਤੇ ਉਹ ਪੱਤਲ ਵਧੀਆ ਸੀ ਬਿਲਕੁਲ ਉਹ ਸ਼ੁਰੂ ਕਰਾ ਲਓ ਨਾਲੇ ਸਿੱਖਾਂ ਕੋਲੋਂ ਸੇਵਾ ਲਓ ਕਈਆਂ ਨੂੰ ਰੋਜ਼ਗਾਰ ਨਹੀਂ ਆ ਉਹਨਾਂ ਕੋਲੋਂ ਬਤਲ ਹਾਂ ਕਰਵਾ ਲਓ ਜਿਹੜੇ ਤੁਸੀਂ ਭਾਂਡਿਆਂ ਤੇ ਥਰਮੋਕੋਲ ਦੇ ਭਾਂਡਿਆਂ ਤੇ ਪੈਸੇ ਲਾਣੇ ਆ ਕਿਸੇ ਗਰੀਬ ਗੁਰਬੇ ਨੂੰ ਉਹੀ 500-700 ਰੁਪਇਆ ਦਿਓ ਤੇ ਉਹ ਭਾਂਡੇ ਮਾਂਜੇ ਨਾਲੇ ਉਹਦੇ ਘਰ ਦੀ ਦਾਲ ਦਾਲ ਫੁਲਕਾ ਵਿੱਚ ਤੁਹਾਡੇ ਨਾਲ ਜ਼ਿਕਰ ਵੀ ਕੀਤਾ ਸੀ ਕਿ ਅਸੀਂ ਜਥੇਬੰਦੀ ਵੱਲੋਂ ਇੱਕੋ ਸਿੱਖ ਵੱਲੋਂ ਇੱਕ ਔਰਗੈਨਿਕ ਲੰਗਰ ਦਾ ਨਾਰਾ ਦਿੱਤਾ ਸੀਗਾ ਦੁਨੀਆਂ ਭਰ 'ਚ ਜਿਹਦੇ ਨਾਲ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਵਿੱਚ ਔਰਗੈਨਿਕ ਜਿਹੜਾ ਭੋਜਨ ਹੈ ਇੰਟਰੋਡਿਊਸ ਕੀਤਾ ਵੀ ਉੱਥੇ ਜਿਹੜੇ ਉਹਨਾਂ ਕੋਲ ਜਿੰਨੀ ਵੀ ਜ਼ਮੀਨ ਪਈ ਸਤਲਾਣੀ ਸਾਹਿਬ ਕੋਈ 100 acres ਤੋਂ ਉੱਤੇ ਹੈ ਪਹਿਲਾਂ ਉਹਨਾਂ ਨੇ 5 acres ਜ਼ਮੀਨ ਦੇ ਉੱਤੇ ਔਰਗੈਨਿਕ ਖੇਤੀ ਸ਼ੁਰੂ ਕੀਤੀ ਸੋ ਸਾਨੂੰ ਕਾਫੀ ਸਾਲ ਲੱਗੇ ਇਸ ਗੱਲ ਨੂੰ ਪੁਸ਼ ਕਰਕੇ 3 years ਬਾਅਦ ਉਹਨਾਂ ਨੇ ਖੇਤੀ ਸ਼ੁਰੂ ਕੀਤੀ ਅਤੇ ਇਸ ਸਾਲ ਉਹ 5 acres ਤੋਂ 12 acres ਤੱਕ ਜ਼ਮੀਨ 'ਤੇ ਜਿਹੜੀ ਔਰਗੈਨਿਕ ਭੋਜਨ ਦੀ ਖੇਤੀ ਹੋ ਰਹੀ ਅਤੇ ਸਾਰੀ ਰਸਦ ਜਿਹੜੀ ਹੈ ਸਬਜ਼ੀਆਂ ਉਹ ਦਰਬਾਰ ਸਾਹਿਬ ਆ ਰਹੀਆਂ ਅਤੇ ਇੱਥੋਂ ਅਸੀਂ ਨਾਲ ਇਹ ਵੀ ਮੈਸੇਜ ਦੇਣਾ ਸ਼ੁਰੂ ਕੀਤਾ ਕਿ ਮਾਤਾ ਖੀਵੀ ਜੀ ਨੇ ਆਪਣੇ ਬੱਚਿਆਂ ਨੂੰ ਜਿਹੜਾ ਲੰਗਰ ਪਰੋਸਦੇ ਸੀ ਉਹ ਬਿਲਕੁਲ ਤਾਜ਼ਾ ਅਤੇ ਉਹਨਾਂ ਦਾ ਜੀ ਹੁੰਦਾ ਸੀ ਜਿਵੇਂ ਮਾਂ ਕਹਿੰਦੀ ਨਾ ਮੇਰੇ ਬੱਚੇ ਨੂੰ ਪੋਸ਼ਣ ਮਿਲੇ ਵੱਧ ਤੋਂ ਵੱਧ ਚਾਹੇ ਜਿੰਨਾ ਮਰਜ਼ੀ ਗਰੀਬ ਆਉਂਦਾ ਸੀ ਸਿੱਖ ਉਹਨੂੰ ਦੇਸੀ ਘਿਓ ਦੀ ਖੀਰ ਪਾ ਕੇ ਖਵਾਉਣ ਦਾ ਇੱਕੋ ਮਤਲਬ ਸੀ ਵੀ ਇਹ ਬਲਵਾਨ ਹੋ ਕੇ ਜਾਵੇ ਸੁਰਤ ਅੰਦਰੋਂ ਬਲਵਾਨ ਹੋਵੇ ਅਤੇ ਸਰੀਰ ਬਾਹਰੋਂ ਲੰਗਰ 'ਚੋਂ ਬਲਵਾਨ ਹੋਵੇ ਸੋ ਸਾਰਿਆਂ ਨੂੰ ਫਿਰ ਬੇਨਤੀ ਹੈ ਕਿ ਆਪਣੇ ਗੁਰਦੁਆਰਿਆਂ ਦੇ ਵਿੱਚ ਔਰਗੈਨਿਕ ਕਿਆਰੀਆਂ ਸ਼ੁਰੂ ਕੀਤੀਆਂ ਅੱਜ ਸ਼ੁਰੂ ਹੋ ਗਏ ਹਾਂ ਅੱਜ ਤੋਂ ਕੁਛ ਟਾਈਮ ਬਾਅਦ ਤੁਸੀਂ ਬਹੁਤ ਕੁਛ ਕਰ ਲਓਗੇ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਪਹਿਲੇ 5 ਸੀ ਫਿਰ 12 ਹੋ ਗਈ ਫਿਰ 14 ਹੋ ਗਈ ਕੋਈ ਸਮਾਂ ਆਏਗਾ ਸ਼੍ਰੋਮਣੀ ਕਮੇਟੀ ਬਹੁਤ ਵੱਡਾ ਅਦਾਰਾ ਹੈ ਹਾਂਜੀ ਬਿਲਕੁਲ ਬਿਲਕੁਲ ਕੰਮ ਕਰ ਸਕਦੇ ਤੇ ਕੱਲੀ ਸ਼੍ਰੋਮਣੀ ਕਮੇਟੀ ਨਹੀਂ ਹੋਰ ਕਈ ਅਦਾਰੇ ਨੇ ਦਿੱਲੀ ਕਮੇਟੀ ਹੈ ਬਥੇਰੇ ਨੇ ਸੰਤ ਮਹਾਂਪੁਰਖ ਜਿਹੜੇ ਆਪਣੇ ਆਪਣੇ ਡੇਰੇ ਸੰਤ ਸਮਾਜ ਨੇ ਰੱਖੇ ਨੇ ਕਿੰਨੇ ਵੱਡੇ ਵੱਡੇ ਉਹਨਾਂ ਕੋਲ ਜ਼ਮੀਨਾਂ ਨੇ ਜੇ ਉਹ ਚਾਹਣ ਤੇ ਪੂਰੀ ਕੌਮ ਖਾ ਸਕਦੀ ਹੈ ਬਿਲਕੁਲ ਬਿਲਕੁਲ ਅੱਜ ਲੰਗਰਾਂ ਵਿੱਚ ਖਾ ਰਹੇ ਹਾਂ ਆਪਾਂ ਪੀਜ਼ੇ ਬਰਗਰ ਅਤੇ ਫਿਰ ਪਤਾ ਨਹੀਂ 3600 ਪਕਵਾਨ ਖਾ ਕੇ ਵੀ ਸਾਡੇ ਬੱਚੇ ਨਾ ਜੀਵ ਤੋਂ ਰੱਜਦੇ ਨੇ ਨਾ ਸਰੀਰ ਨਾ ਆਤਮਾ ਕੁਛ ਵੀ ਨਹੀਂ ਠੀਕ ਹੋ ਰਿਹਾ ਅਤੇ ਜੇ ਅਸੀਂ ਸਾਦਾ ਭੋਜਨ ਲੰਗਰ ਵਿੱਚ ਪ੍ਰੋਵਾਈਡ ਮੈਂ ਅੱਗੇ ਲੰਗਰ ਦੀ ਤੁਸੀਂ ਗੱਲ ਕੀਤੀ ਹੈ ਮੈਨੂੰ ਅਕਸਰ ਅਫਸੋਸ ਹੁੰਦਾ ਵੀ ਰਾਤ ਨੂੰ ਜਦੋਂ ਇਹ ਚਿੱਟੇ ਛੋਲੇ ਬਣਾ ਲੈਂਦੇ ਨੇ ਰਾਤ ਦੇ ਭੋਜਨ ਵਿੱਚ ਰਾਜਮਾਂਹ ਬਣਾ ਲੈਂਦੇ ਨੇ ਮੈਂ ਅਕਸਰ ਸੋਚਣਾ ਕਬੀਰ ਦਾਸ ਜੀ ਜਾਂ ਤੁਸੀਂ ਭੋਲੇ ਸੀ ਜਾਂ ਸਾਡੇ ਅੱਜ ਦੇ ਬੰਦੇ ਭੋਲੇ ਨੇ ਫਿਰ ਕਬੀਰ ਦਾਸ ਜੀ ਲਿਖਦੇ ਨੇ ਕਬੀਰ ਖੂਬ ਖਾਣਾ ਖਿਚੜੀ ਖਿਚੜੀ ਹੁਣ ਖਿਚੜੀ ਤਾਂ ਲੱਭਦੀ ਨਹੀਂ ਕੋਈ ਬਿਮਾਰ ਆ ਜਾਵੇ ਜਿਹਨੂੰ ਪੇਟ ਖਰਾਬ ਹੋਵੇ ਜਿਹਦਾ ਲੰਗਰ ਉਹ ਲੰਗਰ ਵਿੱਚ ਰਾਜਮਾਂਹ ਖਾ ਕੇ ਜਾਵੇ ਨਾਲੇ ਪਤਾ ਨਹੀਂ ਕਿਹੜੀ ਇਹ ਕਾਲੀ ਦੀ ਦਾਲ
ਮਾਂ ਦੀ ਦਾਲ ਜਿਹੜੀ ਪੰਥ ਨੂੰ ਥੋਪ ਦਿੱਤੀ ਸਿਰ ਤੇ, ਇਹ ਤੇ ਉਹਨਾਂ ਨੂੰ ਚੰਗੀ ਲੱਗਦੀ ਹੈ ਜਿਹੜੇ ਖੇਤੀਬਾੜੀ ਕਰਦੇ ਨੇ ਤੇ ਉਹ ਦਾਲ ਪਚਾ ਸਕਦੇ ਨੇ। ਉਹ ਫਿਰ ਰਾਤ ਦੇ ਟਾਈਮ ਤੇ ਇਹ ਦਾਲ ਬਣਾ ਕੇ ਕਿੰਨਿਆਂ ਨੂੰ ਅਸੀਂ ਬਿਮਾਰ ਕਰਦੇ ਹਾਂ, ਕਿੰਨਿਆਂ ਨੂੰ ਬਿਮਾਰ ਕਰਦੇ ਹਾਂ। ਰਾਤ ਨੂੰ ਐਸਾ ਭੋਜਨ ਹੋਵੇ ਜਿਹੜਾ ਸਿੱਖ ਖਾ ਕੇ ਅੰਮ੍ਰਿਤ ਵੇਲੇ ਜਾਗ ਸਕੇ। ਦਿਨ ਦਾ ਭੋਜਨ ਜਿੰਨਾ ਮਰਜ਼ੀ ਸਟਰੋਂਗ ਹੋਵੇ, ਰਾਤ ਦਾ ਭੋਜਨ ਅੱਛਾ ਐਸਾ ਹੋਵੇ ਕਿ ਜਿਹੜਾ ਖਾ ਕੇ ਬੰਦਾ ਸੌਵੇ ਉਹਦਾ ਪਚਿਆ ਹੋਇਆ ਭੋਜਨ, ਖਿਚੜੀ ਹੋ ਜਾਏ, ਯੈਲੋ ਦਾਲ ਹੋ ਜਾਏ, ਪ੍ਰਸ਼ਾਦਾ ਹੋ ਜਾਏ, ਸੌਖਾ ਜਿਹਾ ਭੋਜਨ। ਇੱਥੇ ਤਾਂ ਜੀਭ ਹੀ ਨਹੀਂ ਰੱਜਦੀ। ਹਾਂਜੀ, ਮੈਂ ਅੰਮ੍ਰਿਤ ਵੇਲੇ ਦੇ, ਮੈਨੂੰ ਮਾਫ਼ ਕਰ ਦੇਣਾ, ਅੰਮ੍ਰਿਤ ਵੇਲੇ ਕਈ ਵਾਰੀ ਸਮਾਗਮਾਂ 'ਤੇ ਜਾਈਦਾ ਅਤੇ ਪੂਰਾ ਬਿਮਾਰ ਕਰਨ ਦਾ ਇੰਤਜ਼ਾਮ ਹੁੰਦਾ ਜੀ ਉੱਥੇ, ਜੋ ਟਿੱਕੀਆਂ ਜੀ ਐ ਲਓ ਜੀ। ਮੈਂ ਕਹਿੰਦਾ ਕਾਸ਼ ਕੌਮ ਅਗਰ ਸੁਚੇਤ ਹੋਵੇ, ਅੰਮ੍ਰਿਤ ਵੇਲੇ ਨਾਰੀਅਲ ਪਾਣੀ ਦੇ ਦਿਓ। ਕਿਆ ਬਾਤ ਹੈ, ਰਾਤ ਦੇ ਛੋਲੇ ਕਾਲੇ ਛੋਲੇ ਭਿਗੋ ਕੇ ਭਾਈ ਫੌਜਾ ਸਿੰਘ ਜੀ ਜਿਹੜੇ ਸੀ ਨਾ, ਇਹ ਕੀ ਕਰਦੇ ਸੀ ਮੈਨੂੰ ਸਿੰਘਾਂ ਨੇ ਦੱਸਿਆ। ਹਾਂਜੀ ਹਾਂਜੀ ਹਾਂਜੀ, ਕਿ ਰਾਤ ਨੂੰ ਇਹਨਾਂ ਨੇ ਅੰਮ੍ਰਿਤ ਵੇਲੇ ਜਗਾ ਕੇ ਪਹਿਲੇ ਅੰਮ੍ਰਿਤ ਵੇਲਾ ਕਰਾਉਣਾ, ਫਿਰ ਗੱਤਕਾ ਖਿਡਾਉਣਾ, ਫਿਰ ਕਾਲੇ ਛੋਲੇ ਭਿਗੋਏ। ਹਾਂਜੀ ਹਾਂਜੀ, ਅਤੇ ਸੱਚੀ ਮੁੱਚੀ ਅੱਜ ਵੀ ਪ੍ਰਭਾਤ ਫੇਰੀਆਂ 'ਚ ਅਸੀਂ ਇਹਨੂੰ ਸਨਿਚਰ ਬਲੀ ਸਨਿਚਰ ਬਲੀ ਕਹਿ ਕੇ ਹਟਾ ਤਾਂ ਦਿੱਤਾ ਗੁਰਦੁਆਰਿਆਂ ਤੋਂ, ਪਰ ਹੈਲਦੀ ਫੂਡ ਬਾਹਰ ਕਰ ਦਿੱਤਾ ਵਿੱਚੋਂ। ਮਤਲਬ ਇਹ ਇਹਨੂੰ ਸਨਿਚਰ ਨੂੰ ਹਟਾ ਕੇ ਸੱਤੋ ਦਿਨ ਚਾਲੂ ਕਰ ਦੇਣਾ ਸੀ, ਪਰ ਅਸੀਂ ਤੇ ਸਨਿਚਰ ਨੂੰ ਹਟਾ ਕੇ ਸੱਤੋ ਦਿਨ ਗਾਇਬ ਕਰ ਦਿੱਤਾ। ਸੋ ਉਹ ਪ੍ਰੋਟੀਨ ਵਾਲੀ ਜਿਹੜੀ ਡਾਈਟ ਉਹ ਬਿਲਕੁਲ ਹੀ ਜਾਂਦੀ ਰਹਿ ਗਈ। ਕਹਿਣ ਦਾ ਮਤਲਬ ਅਸੀਂ ਇਸ ਗੱਲ ਨੂੰ ਨਹੀਂ ਕਰ ਰਹੇ ਕਿ ਦੂਜੇ ਦੀ ਸਿਹਤ ਠੀਕ ਹੋਏ, ਬਸ ਜੀਵ ਦੇ ਚਸਕਿਆਂ ਕਾਰਨ ਕਿ ਸਾਡੇ ਕਾਰਨ ਪ੍ਰੋਬਲਮ ਹੈ, ਤੇ ਲੋਕ ਸੋਚਣਗੇ ਇਹਨੇ ਇਹ ਦਿੱਤਾ ਹੀ ਨਹੀਂ, ਪਾਓ ਭਾਜੀ ਨਹੀਂ ਦਿੱਤੀ, ਉਹ ਸਟਰੋਂਗ ਨਹੀਂ ਬਣਾਇਆ, ਪੀਜ਼ਾ ਨਹੀਂ ਬਣਾਇਆ, ਮੈਂ ਸਾਨੂੰ ਬੈਕਵਰਡ ਸਮਝਣਗੇ। ਤੇ ਮੈਂ ਕਹਿੰਦਾ ਅਗਰ ਇੱਦਾਂ ਦਾ ਭੋਜਨ ਦਈਏ ਤੇ, ਅਕਸਰ ਮੈਂ ਕਹਿੰਦਾ ਪੈਸੇ ਵਾਲਿਓ ਕਿਰੇ ਨਾਰੀਅਲ ਪਾਣੀ ਦਾ ਪ੍ਰਸ਼ਾਦ ਵਰਤਾਓ। ਬਿਲਕੁਲ ਹੈ, ਲੰਗਰ ਛਕਣ ਵਾਲਾ ਵੀ ਅਤੇ ਬਿਮਾਰ ਬਜ਼ੁਰਗ ਵੀ ਜਿਹਨੇ ਹੁਣ 4 ਘੰਟੇ ਬਹਿ ਕੇ ਅੰਮ੍ਰਿਤ ਵੇਲਾ ਕੀਤਾ, ਉਹਨੂੰ ਤੁਸੀਂ ਟਿੱਕੀਆਂ ਦੇ ਦਿੱਤੀਆਂ, ਦੇਸੀ ਤਲੀਆਂ ਆਈਆਂ ਹੈਂ, ਅਤੇ ਪਕੌੜੇ ਦੇ ਦਿੱਤੇ ਜੀ, ਅਤੇ ਉਹਦਾ ਕੀ ਹਾਲ ਹੋਣਾ, ਜਾ ਕੇ ਉਹਨੇ ਸੌਂ ਜਾਣਾ ਤੇ ਸੌਂ ਸਿਹਤ ਖਰਾਬ। ਜਿਹੜੀ ਗੁਰਬਾਣੀ 'ਚ ਤੁੱਕ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀ ਹੈ ਮਨ ਮੇ ਚੱਲੇ ਵਿਕਾਰ, ਵੀ ਉਹਨੂੰ ਖਾਣ ਸਾਰ ਟਿੱਕੀਆਂ 'ਚ ਤੁਹਾਡੇ ਗੈਸ ਹੋ ਗਈ ਅਤੇ ਤੁਸੀਂ ਮੁੜ ਕੇ ਅੰਮ੍ਰਿਤ ਵੇਲਾ ਸੰਭਾਲ ਲਿਆ, ਟਿੱਕੀਆਂ ਖਾ ਲਈਆਂ ਅਤੇ ਸਾਰਾ ਦਿਨ ਪੀੜ ਨਾਲ ਬੈਠੇ ਰਹੇ। ਜਿੰਨੀ ਵੀ ਤੁਸੀਂ ਕੁਦਰਤ ਦੀ ਵੀ ਗੱਲ ਕਰ ਰਹੇ ਹੋ, ਸਾਰਾ ਸੁਚੇਤ, ਜਦ ਤੱਕ ਅਸੀਂ ਆਤਮਾ ਨੂੰ ਨਹੀਂ ਜਗਾਵਾਂਗੇ ਸਾਨੂੰ ਕਿਸੇ ਪੇੜ ਪੌਦੇ ਨਾਲ ਪਿਆਰ ਨਹੀਂ ਹੋਣਾ। ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਸੱਚ ਕੰਨ ਲਾ ਕੇ ਵੇਖੋ, ਇਹ ਪੇੜ ਪੌਦੇ ਸਾਰੇ ਵਾਹਿਗੁਰੂ ਬੋਲ ਰਹੇ ਨੇ, ਤੂੰ ਤੂੰ ਕਰ ਰਹੇ। ਹਾਂ, ਅਤੇ ਜੇ ਅਸੀਂ ਇਸ਼ਨਾਨ ਕਰਦੇ ਹਾਂ ਤਾਂ ਇਹਨਾਂ ਪੇੜ ਪੌਦਿਆਂ ਦੀ ਰਖਵਾਲੀ ਕਰਨਾ ਵੀ ਸਾਡਾ ਫਰਜ਼ ਹੈ। ਅਧਿਆਤਮ ਨੂੰ ਜਿਹੜਾ ਵੀ ਜੀਂਦਾ ਨਾ, ਉਹ ਕੋਮਲ ਮਨ ਨਾਲ ਆਉਂਦਾ, ਕੋਮਲ ਮਨ ਨਾਲ ਕਿਸੇ ਨੂੰ ਵੀ ਦੁੱਖ ਦੇ ਕੇ ਰਾਜ਼ੀ ਨਹੀਂ ਹੁੰਦਾ। ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸ਼ਾਹ, ਉਹਨੂੰ ਹਰ ਜਗ੍ਹਾ ਦੇਖੋ। ਹੁਣ ਪੇੜ ਨੂੰ ਝਾੜਦੇ ਵੀ ਨੇ, ਹੁਣੇ ਮੈਂ ਇੱਥੇ ਮਾਲੀ ਨੂੰ ਦੇਖਿਆ, ਪੇੜ ਨੂੰ ਝਾੜ ਰਿਹਾ, ਉਹਨੂੰ ਝਾੜ ਰਹੇ, ਲਫ਼ਜ਼ ਇਸਤੇਮਾਲ ਕਰਦੇ, ਝਾੜਨਾ ਤੇ ਕੱਟਣਾ ਅਲੱਗ ਗੱਲ। ਬਿਲਕੁਲ ਹਾਂਜੀ, ਹੁਣ ਜਿਵੇਂ ਨਖੂਨ ਵੱਧ ਜਾਂਦੇ ਨੇ ਸਾਡੇ, ਅਸੀਂ ਨਖੂਨਾਂ ਨੂੰ ਝਾੜਦੇ ਹਾਂ, ਇਹ ਨਖੂਨ ਨਹੀਂ ਕੱਟਦੇ, ਕਿਉਂਕਿ ਸਾਡਾ ਨਖੂਨ ਇਹ ਕੱਟਾਂਗੇ ਤੇ ਇਹਦੇ ਜਾਨ ਉਹ ਮਰਿਆ ਹੋਇਆ। ਹੁਣ ਕੇਸਾਂ ਵਿੱਚ ਅਸੀਂ ਕੰਘਾ ਕਰਦੇ, ਜਿਹੜੇ ਕੇਸ ਕੰਘੇ ਵਿੱਚ ਆਉਂਦੇ ਨੇ ਉਹ ਝਾੜੇ ਜਾਂਦੇ, ਉਹ ਕਤਲ ਕਹਿੰਦੇ ਆਪਾਂ ਹੀ ਵੀ ਝੜਦੇ ਆ। ਹਾਂ, ਤੇ ਜਿਹੜੇ ਜਿਹੜੇ ਆਪਾਂ ਸਪੈਸ਼ਲ ਕੈਂਚੀ ਲੈ ਕੇ ਕੱਟਦੇ ਉਹ ਕਤਲ ਹੈ, ਉਹ ਕਤਲ ਹੈ। ਸੋ ਪੇੜ ਕੱਟਣਾ ਵੀ ਕਤਲ ਹੈ। ਹਾਂ, ਪੇੜ ਕੱਟਣਾ ਵੀ ਕਤਲ ਹੈ, ਪਰ ਝਾੜਨਾ ਨਹੀਂ।
ਤੇ ਗੁਰੂ ਹਰਿਰਾਏ ਜੀ ਮਹਾਰਾਜ ਵੱਲੋਂ ਜਦੋਂ ਚੋਲੇ ਨਾਲ ਲੜ ਕੇ ਫੁੱਲ ਟੁੱਟਿਆ ਹੈ ਨਾ, ਵੀ ਅਸੀਂ ਸਾਰੇ ਬਚਪਨ 'ਚ ਸਟੋਰੀ ਸੁਣਦੇ ਸੀ, ਪਰ ਮੈਂ 2011 'ਚ ਜਦੋਂ ਮੈਂ ਈਕੋ ਸਿੱਖ ਨਾਲ ਸ਼ੁਰੂ ਹੋਇਆ ਤਾਂ ਪਹਿਲੀ ਵਾਰੀ ਮੈਨੂੰ ਉਹਦਾ ਇੱਕ ਅਲੱਗ ਅਹਿਸਾਸ ਹੋਇਆ ਕਿ ਫੁੱਲ ਟੁੱਟਣਾ ਉੱਤੇ ਫਿਰ ਜਿਹੜਾ ਕਰੁਣਾ ਆਉਣੀ, ਮਤਲਬ ਅੰਦਰੋਂ ਵਿਰਾਗ ਆਉਣਾ, ਅਤੇ ਉਸ ਤੋਂ ਬਾਅਦ ਸਾਰੀ ਉਮਰ ਦਾਮਨ ਸੰਕੋਚ ਚੱਲਣਾ, ਵੀ ਕਿਤੇ ਤਖ਼ਤ ਵੀ ਲਾਉਣਾ ਮਹਾਰਾਜ ਨੇ, ਸੰਗਤ 'ਚ ਵੀ ਜਾਣਾ ਅਤੇ ਦਾਮਨ ਸੰਕੋਚ, ਚਲੋ ਕੀ ਭਾਵ ਬਣਾਇਆ ਉਹਨਾਂ ਨੇ, ਕੀ ਸੰਦੇਸ਼ਾ ਹੋਊਗਾ? ਦਾਮਨ ਸੰਕੋਚ ਦਾ ਆਪ ਜੀ ਨਾਲ ਗੱਲ ਸ਼ੇਅਰ ਹੋ ਰਹੀ ਸੀ ਨਾ ਹੁਣ, ਹਾਂਜੀ, ਦਾਮਨ ਸੰਕੋਚ ਦਾ ਮਤਲਬ ਇਹ ਹੈ ਕਿ ਆਪਣੀ ਲੋੜ ਨੂੰ ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਹੁਣ ਇੱਕ ਬੰਦਾ ਹੈ, ਤੁਸੀਂ ਆਪ ਜੀ ਗੱਲ ਕਰ ਰਹੇ ਸੀ ਨਾ, ਇੱਦਾਂ ਦੀ ਆਪਾਂ ਸਾਂਝ ਕਰ ਰਹੇ ਸੀ ਗੱਲ, ਕਿ ਹੁਣ ਕਿਸੇ ਕੋਲ ਬਹੁਤ ਪੈਸਾ ਆ ਗਿਆ, ਉਹਨੇ ਸਾਰੀ ਜ਼ਮੀਨ ਹੀ ਖਰੀਦ ਲਈ, ਅਤੇ ਬਾਕੀ ਕਿੱਥੇ ਰਹਿਣਗੇ? ਹਾਂਜੀ ਹਾਂਜੀ। ਅਤੇ ਉਸ ਨੂੰ ਇਹ ਪਰਉਪਕਾਰ ਆਇਆ, ਜਾਂ ਤਾਂ ਉਹ ਖਰੀਦ ਕੇ ਪਰਉਪਕਾਰ ਕਰੇ, ਦੂਜਿਆਂ ਨੂੰ ਦੇਵੇ, ਜੇ ਕਿ ਲੈ ਕੇ ਉਹ ਕਬਜ਼ਾ ਕਰ ਲੈਂਦਾ ਤੇ ਉਹਦਾ ਅਪਰਾਧ ਗਿਣਿਆ ਜਾਏ। ਹਾਂਜੀ, ਅਪਰਾਧ ਕਰਨਾ ਜਾਏ। ਬਿਲਕੁਲ, ਅੱਜ ਦੁਨੀਆਂ 'ਚ ਕਈ ਬੰਦੇ ਐਸੇ ਨੇ ਜਿਹੜੇ ਕਹਿੰਦੇ ਨੇ ਮੈਂ ਜੀਵਾਂ, ਦੂਜਾ ਮੇਰਾ ਗੁਲਾਮ ਬਣ ਕੇ ਜੀਵੇ, ਉਹ ਆਜ਼ਾਦ ਨਾ ਹੋਵੇ। ਹਾਂਜੀ, ਜੇ ਆਜ਼ਾਦ ਹੋਏਗਾ ਤੇ ਮੈਂ ਮਾਲਕ ਕਿੱਦਾਂ ਰਵਾਂਗਾ? ਮੇਰੀ ਸਾਰੀ ਦੁਨੀਆਂ ਨੂੰ ਗੁਲਾਮ ਕਰਨ ਨੂੰ ਫਿਰਦੇ ਨੇ। ਹਾਂਜੀ ਬਿਲਕੁਲ। ਤੇ ਉਹ ਗੁਲਾਮੀਅਤ ਜਿਹੜੀ ਹੈ ਗੁਰੂ ਨਾਨਕ ਨੇ ਨਹੀਂ ਦੱਸੀ, ਉਹਨਾਂ ਨੇ ਕਿਹਾ ਜਿੰਨੀ ਤੇਰੀ ਲੋੜ ਹੈ ਤੂੰ ਕੰਮ ਕਰ, ਉਸ ਤੋਂ ਬਾਅਦ ਦੁਨੀਆਂ ਵਾਸਤੇ ਛੱਡ, ਦੂਜਿਆਂ ਨੇ ਵੀ ਕਿਰਤ ਕਰਨੀ ਹੈ ਨਾ। ਹਾਂਜੀ, ਤੇ ਇੱਦਾਂ ਦੀ ਗੱਲ ਤੁਸੀਂ ਪੂਰੀ ਕਰੋ ਗੱਲ। ਮੈਂ ਉਹ ਕਹਿ ਰਿਹਾ ਸੀਗਾ ਕਿ ਗੁਰੂ ਨਾਨਕ ਦੇ ਘਰ 'ਚ ਜਿਹੜਾ ਕੰਜ਼ਿਊਮਰਿਜ਼ਮ ਅੱਜ ਕੱਲ੍ਹ ਚੱਲ ਰਿਹਾ ਦੁਨੀਆਂ 'ਚ, ਵੀ ਇੱਕ ਨਾਲ ਇੱਕ ਫ੍ਰੀ, ਤਿੰਨ ਲਓ ਹੋਰ ਫ੍ਰੀ, ਡਿਟਰਜੈਂਟ ਫ੍ਰੀ ਹੋਏ ਥੋੜ੍ਹੇ ਜਿਹੇ ਹੋਰ ਲੈ ਲਓ, ਸੇਲਾਂ ਲੱਗੀਆਂ ਹੋਰ ਖਰੀਦ ਲਓ, ਵੀ ਜਿਹੜੀ ਵੀ ਚੀਜ਼ ਉਪਜਦੀ ਹੈ, ਚਾਹੇ ਉਹ ਤੁਹਾਡੀ ਇੱਟ ਹੈ, ਚਾਹੇ ਉਹ ਕੱਪੜਾ ਹੈ, ਚਾਹੇ ਉਹ ਜੀਨਸ ਨੇ, ਇਹਦੇ 'ਚ ਧਰਤੀ ਦਾ ਜ਼ੋਰ ਲੱਗਿਆ ਹੋਇਆ। ਹੁਣ ਜਿਹੜੀ ਕੋਟਨ ਹੈ ਨਾ, ਕੋਟਨ ਨੂੰ ਬਣਾਉਣ ਵਾਸਤੇ ਕਿੰਨੇ ਮਹੀਨੇ ਕਿਸਾਨ ਮੁਸ਼ੱਕਤ ਕਰਦਾ, ਕਿੰਨਾ ਉਹਦੇ 'ਚ ਡੀਜ਼ਲ ਟਰੈਕਟਰ ਮਿਹਨਤਾਂ ਲੱਗਦੀਆਂ, ਕਿੰਨੀਆਂ ਦਵਾਈਆਂ ਪੈ ਰਹੀਆਂ, ਦਵਾਈਆਂ ਬਣਨ ਵਾਸਤੇ ਫਿਰ ਪਿੱਛੇ ਫੈਕਟਰੀਆਂ ਨੇ, ਫੈਕਟਰੀਆਂ 'ਚ ਫਿਰ ਕੋਲਾ ਬਲਦਾ, ਡੀਜ਼ਲ ਬਲਦਾ, ਕਿੰਨਾ ਧੂੰਆਂ ਨਿਕਲ ਕੇ ਸਾਡੇ ਕੋਲ ਇੱਕ ਕਿਲੋ ਜਿਹੜੀ ਉਹ ਰੂੰ ਬਣਦੀ ਆ, ਰੂੰ ਉਗਾਉਣ ਵਾਸਤੇ ਕਿੰਨੇ ਲੀਟਰਾਂ ਦੇ ਲੀਟਰ ਜਿਹੜਾ ਪਾਣੀ ਵਿੱਚ ਪੈਂਦਾ, ਪਾਣੀ ਨੂੰ ਪੰਪ ਆਊਟ ਕਰਨ ਵਾਸਤੇ ਫਿਰ ਡੀਜ਼ਲ ਬਲਦਾ। ਸੋ ਜ਼ੋਰ ਸਾਰਾ ਧਰਤੀ ਦਾ ਲੱਗ ਰਿਹਾ ਉਸ ਮਾਂ ਦਾ। ਰਮਨੀਤ ਜੀ, ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ, ਜਿਹੜੀ ਗੱਲ ਤੁਸੀਂ, ਮੇਰੇ ਖਿਆਲ ਅਸੀਂ ਬੈਠੇ ਹੀ ਇਹੀ ਆ ਵੀ ਇਸ ਗੱਲ ਤੋਂ ਅਸੀਂ ਸੁਚੇਤ ਹੋਈਏ, ਇਹ ਗੱਲ ਨੂੰ ਅਸੀਂ ਯੂਥ ਨੂੰ ਸਮਝਾਣਾ ਬਈ ਰੂਹ ਬਣਦੀ ਕਿੱਦਾਂ ਹੈ, ਕਦੀ ਸੋਚੋ ਕੋਟਨ ਕਿੱਦਾਂ ਬਣਦੀ ਹੈ। ਸੋ ਉਵੇਂ ਜਿਹੜੀ ਮੈਂ ਕੰਜ਼ਿਊਮਰਿਜ਼ਮ ਦੀ ਗੱਲ ਕਰ ਰਿਹਾ, ਵੀ ਇੱਕ ਜੀਨਸ ਨੂੰ ਬਣਾਉਣ ਵਾਸਤੇ ਜੇ ਤੁਹਾਨੂੰ ਪਤਾ ਲੱਗੇ ਵੀ 2200 ਲੀਟਰ ਪਾਣੀ ਲੱਗਦਾ ਤੇ ਪਤਾ ਨਹੀਂ ਕਿੰਨਾ ਤੇਲ ਲੱਗ ਜਾਂਦਾ, ਤੇ ਤੁਹਾਡਾ ਇੱਕ ਨਾਲ ਇੱਕ ਫ੍ਰੀ ਲੈਣ ਨੂੰ ਜੀ ਕਰੂਗਾ? ਮੈਂ ਹੁਣ 3 ਸਾਲ ਦੀ ਇੱਕ ਜੀਨਸ ਪਾਈ ਹੈ, ਜਦ ਤੱਕ ਇਹ ਖਤਮ ਨਹੀਂ ਹੋ ਜਾਣੀ ਤੇ ਮੈਂ ਨਹੀਂ ਲੈ ਸਕਦਾ। ਮੇਰਾ ਆਪਣਾ ਧਰਮ ਹੈ ਵੀ ਮੈਂ ਇੱਦਾਂ ਹੀ ਜੀਣਾ। ਧਰਮ ਮਤਲਬ ਇਹ ਨਹੀਂ ਕਿ ਮੈਂ ਇਹਨੂੰ ਸਿੱਖੀ ਨੂੰ ਇਹ ਸਮਝਦਾ ਕਿ ਦਾਮਨ ਸੰਕੋਚ ਚਲੋ ਚੱਲਣਾ। ਜਿਹੜਾ ਵੈਜੀਟੇਰੀਅਨ ਖਾਣਾ, ਇਹ ਵੀ ਉਹਦਾ ਹੀ ਪ੍ਰਤੀਕ ਹੈ ਕੰਜ਼ਿਊਮਰਿਜ਼ਮ ਦਾ, ਕਿਉਂਕਿ ਜੇ ਅਸੀਂ, ਮੈਂ ਕਹਿਵਾਂ ਨਾ, ਮੈਂ ਪਿੱਛੇ ਪੜ੍ਹੀ ਇੱਕ ਰਿਸਰਚ ਵੀ ਇੱਕ ਛੋਟੇ ਟੁਕੜੇ ਤੋਂ ਮੈਂ ਪਹਿਲਾਂ ਬੀਜ ਉਗਾਵਾਂ, ਉਹ ਬੀਜ ਜਿਵੇਂ ਮੰਨ ਲਓ ਮੱਕੀ ਉਗਾਈ ਮੈਂ, 200 ਕਿਲੋ ਮੱਕੀ ਹੈ ਮੇਰੇ ਕੋਲ, ਜੇ ਤਾਂ ਮੈਂ ਮੱਕੀ ਸਿੱਧੀ ਖਾ ਲਵਾਂ ਤਾਂ 200 ਕਿਲੋ ਮੱਕੀ ਵਾਸਤੇ ਮੈਨੂੰ ਘੱਟੋ ਘੱਟ ਨਹੀਂ 20-30 ਪ੍ਰਾਣੀ ਚਾਹੀਦੇ ਨੇ ਮੱਕੀ, ਉਹ 200 ਕਿਲੋ ਨਾਲ 20-30 ਪ੍ਰਾਣੀ ਮਹੀਨਾ ਕੱਢ ਸਕਦੇ ਮੇ ਵੀ। ਹੁਣ ਉਹ 200 ਕਿਲੋ ਮੱਕੀ ਜੇ ਮੈਂ ਮੁਰਗੀ ਨੂੰ ਖਵਾਵਾਂ ਤਾਂ ਜਿੰਨੀ ਉਹ ਮੱਕੀ ਖਾਊਗੀ, 3 ਤੋਂ ਵੱਧ 3 ਕੁੱਕੜ ਪਾਲਣੇ ਅਤੇ 3 ਬੰਦੇ 3 ਕੁੱਕੜ ਖਾ ਜਾਂਦੇ। ਸੋ ਵੈਜੀਟੇਰੀਅਨ ਭੋਜਨ ਹੈ ਉਹ 100 ਨੂੰ ਪੁਗਾ ਰਿਹਾ, ਅਤੇ ਜਿਹੜਾ ਨੋਨ ਵੈਜੀਟੇਰੀਅਨ ਹੈ ਉਹ ਤਾਂ 3 ਬੰਦੇ ਹੀ ਖਾ ਰਹੇ ਨੇ, ਅਤੇ ਗੁਰੂ ਨਾਨਕ ਦਾ ਘਰ ਕੀ ਕਹਿੰਦਾ ਵੰਡ ਛਕੋ, ਅਤੇ ਉਹ ਮੈਂ ਇਕੱਲਾ ਹੀ ਖਾਈ ਜਾਵਾਂ। ਸੋ ਬੀਇੰਗ ਵੈਜੀਟੇਰੀਅਨ ਮੈਨੂੰ ਫਿਰ ਲੱਗਦਾ ਇੱਕ ਹੋਰ ਐਂਗਲ ਹੈ ਕਿ ਵੈਜੀਟੇਰੀਅਨ ਹੋਣਾ ਵੀ ਆਪਣੇ ਆਪ 'ਚ ਇੱਕ ਸੇਵਾ, ਇੱਕ ਪਰਉਪਕਾਰ ਹੈ ਕਿ ਸਿੱਖ ਜਿਹੜਾ
ਵੰਡ ਕੇ ਖਾ ਰਿਹਾ ਵੀ ਮੈਂ ਸਾਰਾ ਮੈਂ ਹੀ ਨਹੀਂ ਹੜੱਪ ਲੈਣਾ, ਚਾਹੇ ਉਹ ਪਾਣੀ ਦੀ ਹੈ, ਹੁਣ ਮੈਂ ਹੁਣ ਪੰਪ ਆਊਟ ਕਰੀ ਜਾਵਾਂ ਵੀ ਮੈਂ ਝੋਨਾ ਹੀ ਬੀਜਣਾ, ਸਾਰਾ ਧਰਤੀ ਦਾ ਖਤਮ ਕਰ ਲਾਂ, ਮੈਂ ਜੀ ਪਾਣੀ ਦੀ ਫੈਕਟਰੀ ਲਾਉਣੀ ਆ, ਸਾਡੇ ਇਲਾਕੇ 'ਚ ਮੈਂ ਰੋਜ਼ 10 ਲੱਖ ਲੀਟਰ ਪਾਣੀ ਪੰਪ ਆਊਟ ਕਰਾਂ, ਬੋਤਲਾਂ 'ਚ ਭਰ ਭਰ ਕੇ 20-20 ਰੁਪਏ ਦੀ ਬੋਤਲ ਵੇਚਾਂ, ਅਤੇ ਅਗਲੇ ਸਾਲ ਵੇਖਾਂ ਕਿ ਸਾਰੇ ਇਲਾਕੇ ਦੇ ਲੋਕ ਨੇ ਉਹਨਾਂ ਦੇ ਪੰਪ ਡੂੰਘੇ ਹੋ ਜਾਣੇ, ਕਿੱਥੋਂ ਦੀ ਸਿਆਣਪ ਹੋਊਗੀ? ਇਹ ਇਸ ਚੀਜ਼ ਦੀ ਸੁਚੇਤ ਕਰਨਾ ਪੈਣਾ ਰਵਨੀਤ ਜੀ, ਜੋ ਤੁਹਾਨੂੰ ਨੌਲੇਜ ਮਿਲੀ ਹੈ ਨਾ, ਇਹ ਸਾਨੂੰ ਦੱਸਣਾ ਪੈਣਾ ਕਿ ਅਸੀਂ ਸੈਲਫਿਸ਼ ਹੋ ਰਹੇ ਹਾਂ। ਹਾਂਜੀ, ਸਿਰਫ ਕਮਾਈ ਕਾਰਨ, ਹੁਣ ਜਿਵੇਂ ਕਹਿੰਦੇ ਬੋਤਲਾਂ ਭਰ ਭਰ ਕੇ ਜ਼ਮੀਨ ਖਾਲੀ ਕਰਤੀ, ਹਾਂਜੀ, ਲਾਗੇ ਤਾਗੇ ਵਾਲੇ ਕਿਸਾਨਾਂ ਨੂੰ ਫਿਰ ਬਾਅਦ ਨੂੰ ਪ੍ਰੋਬਲਮ ਆਈ ਹੈ, ਪਾਣੀ ਡੂੰਘਾ ਚਲਾ ਗਿਆ। ਹਾਂ, ਇਹ ਇਸ ਚੀਜ਼ ਦੀ ਨੌਲੇਜ ਦੇ ਰਹੇ ਨੇ ਅੱਜ ਦੇ ਸੁਚੇਤ ਬੱਚੇ, ਅਤੇ ਤੁਹਾਨੂੰ ਚਾਹੀਦਾ ਜੇ ਯੂਥ ਹੀ ਸਾਨੂੰ ਸੁਚੇਤ ਕਰ ਰਿਹਾ, ਅਤੇ ਅਸੀਂ ਸੁਚੇਤ ਹੋ ਕੇ ਆਪਣੇ ਗੁਰਦੁਆਰਿਆਂ ਵਿੱਚੋਂ, ਆਪਣੇ ਘਰਾਂ ਵਿੱਚੋਂ ਅਸੀਂ ਸੰਕੋਚ ਕੇ ਕੰਮ ਕਰੀਏ, ਜਿਹੜਾ ਬਹੁਤਾਤ ਨੂੰ ਸਾਨੂੰ, ਕਿਉਂਕਿ ਪਾਪੂਲੇਸ਼ਨ ਵੱਧਦੀ ਜਾ ਰਹੀ ਹੈ ਇੰਡੀਆ ਦੀ, ਅਤੇ ਬਹੁਤ ਜ਼ਿਆਦਾ ਪਾਪੂਲੇਸ਼ਨ, ਅਤੇ ਸਾਨੂੰ ਖਾਣ ਪੀਣ ਕਿਉਂ ਸਾਨੂੰ ਜ਼ਹਿਰ ਇਸਤੇਮਾਲ ਕਰਨਾ ਪੈ ਰਿਹਾ ਬੋਣ ਵਾਸਤੇ, ਕਿਉਂਕਿ ਤਾਦਾਦ ਬੜੀ ਚਾਹੀਦੀ ਹੈ ਨਾ, ਕੁਆਲਿਟੀ ਕੁਆਂਟਿਟੀ ਬੜੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਇਸ ਲਈ ਉਹ ਉਸ ਨੂੰ ਗਲਤ ਕੰਮ ਵੀ ਕਰਦੇ ਨੇ। ਬਿਲਕੁਲ, ਉਹ ਟੀਕੇ ਲਾ ਲਾ ਕੇ ਦੁੱਧ ਕੱਢਣ। ਇਹ ਕਮਾਲ ਦੀ ਬਾਤ ਹੈ, ਦੇਖੋ ਕਿ ਕੁਦਰਤ ਦਾ ਦਿਹਾੜਾ ਮਨਾਉਣ ਜਾ ਰਹੇ ਸੀ, ਜਿਹੜਾ ਕੁਦਰਤ ਦਾ ਕਾਦਰ ਹੈ ਨਾ, ਉਹ ਇੰਨਾ ਖੁਸ਼ ਹੁੰਦਾ ਹੈ ਕਿ ਮੇਰੀ ਪੇਂਟਿੰਗ ਨੂੰ ਕੋਈ ਦੇਖ ਕੇ ਨਾ ਖੁਸ਼ ਹੋ ਰਿਹਾ। ਕੋਈ ਵੀ ਪੇਂਟਰ ਹੋਵੇ ਨਾ, ਜਦੋਂ ਆਪਣੀ ਪੇਂਟਿੰਗ ਬਣਾਉਂਦਾ, ਉਸ ਪੇਂਟਿੰਗ ਨੂੰ ਦੇਖ ਕੇ ਜਦੋਂ ਸਾਹਮਣੇ ਵਾਲਾ ਖੁਸ਼ ਹੁੰਦਾ ਨਾ, ਵਾਹ, ਤਾਂ ਕਾਦਰ ਖਿੜ ਜਾਂਦਾ ਹੈ ਕਿ ਮੇਰੀ ਰਚਨਾ ਨੂੰ ਦੇਖ ਕੇ ਇੰਨਾ ਖੁਸ਼ ਹੋਇਆ, ਫਿਰ ਅੱਗੋਂ ਉਹ ਖੁਸ਼ੀਆਂ ਦਿੰਦਾ। ਹੋਰ ਵਾਹੋ ਕਹਿਣ ਦਾ ਮਕਸਦ ਕੀ ਹੈ? ਹਾਂਜੀ ਬਿਲਕੁਲ, ਵਾਹੋ ਕਹਿਣ ਦਾ ਮਕਸਦ ਕੀ ਹੈ? ਤੂੰ ਵਾਹ ਹੈ, ਅਤੇ ਅੱਗੋਂ ਉਹ ਵੀ ਕਹਿੰਦਾ, ਜੇ ਤੂੰ ਮੈਨੂੰ ਵਾਹ ਕਹਿ ਨਾ, ਤੇ ਤੂੰ ਵੀ ਵਾਹ ਹੈ, ਤੇਰੀ ਜ਼ਿੰਦਗੀ ਵਿੱਚ ਵੀ ਖੇੜਾ ਆਏਗਾ। ਹੈਂ, ਉਹ ਆਉਂਦਾ ਨਾ ਸੇਵਕ ਹੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ, ਜਦੋਂ ਵਾਹ ਕਹਿ ਦਿੱਤਾ ਨਾ, ਸਮਝ ਲੈ ਤੇਰੀ ਜ਼ਿੰਦਗੀ 'ਚ ਖੇੜਾ ਸ਼ੁਰੂ ਹੋ ਗਿਆ। ਅਤੇ ਇਹ ਕੁਦਰਤ ਜਿਹੜੀ ਹੈ, ਇਹਨੂੰ ਵਾਹ ਕਹਿਣ ਦਾ ਇੱਕ ਦਿਹਾੜਾ ਰੱਖਿਆ ਇਹਨਾਂ ਨੇ। ਹਾਂਜੀ, ਅਤੇ ਕੁਦਰਤ ਨੂੰ ਵੇਖ ਅਤੇ ਉਹਨੂੰ ਵਾਹ ਕਹਿ। ਉਸ ਕੁਦਰਤ ਦਾ ਕੋਈ ਸਿਸਟਮ ਹੈ ਬੜਾ ਸੋਹਣਾ। ਗੁਰਪੁਰਬ 14 ਮਾਰਚ ਨੂੰ ਅਸੀਂ ਗੁਰਪੁਰਬ ਹੀ ਕਹਾਂਗੇ, ਹੈ ਜੀ, ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਵਸ ਹੈ। ਸੋ ਇਹਨਾਂ ਦੇ ਨਾਲ ਜੋੜਨ ਦਾ ਵੀ, ਗੁਰੂ ਹਰਿਰਾਏ ਜੀ ਦੇ ਨਾਲ ਇਸ ਕਰਕੇ ਜੋੜਿਆ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਕਾਲ 'ਚ 52 ਬਾਗ ਵੀ ਲਵਾਏ ਨਾ, ਅਤੇ ਆਪਣੇ ਉੱਥੇ ਵਣ ਜੀਵਨ ਦੀ ਸੰਰਕਸ਼ਣ ਕੀਤਾ ਕਿ ਉਹ ਸ਼ਿਕਾਰ ਨਹੀਂ ਸੀ ਕਰਦੇ, ਜਿਹੜੇ ਕੋਈ ਜ਼ਖਮੀ ਜਾਨਵਰ ਮਿਲਦਾ ਸੀ ਉਹਨੂੰ ਲਿਆ ਕੇ ਠੀਕ ਕਰਕੇ ਵਾਪਸ ਭੇਜਦੇ ਸੀ। ਉਹ ਅੱਜ ਦੁਨੀਆ ਦੇ ਵਿੱਚ ਵਾਈਲਡ ਲਾਈਫ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਕਿ ਜੰਗਲੀ ਜੀਵਨ ਦਾ ਸੰਰਕਸ਼ਣ ਕਰਨਾ, ਮਹਾਰਾਜ ਨੇ ਤਾਂ ਕਰਕੇ ਦਿਖਾ ਦਿੱਤਾ ਜੀ। ਉਹ ਹਰਬਲ ਮੈਡੀਸਨ ਦਾ ਆਪਣੀ ਡਿਸਪੈਂਸਰੀ ਉੱਥੇ ਹੋਣੀ, ਇੰਡੀਆ ਦੀ ਸਭ ਤੋਂ ਵਧੀਆ ਡਿਸਪੈਂਸਰੀ ਉਹਨਾਂ ਦੇ ਗੁਰੂ ਹਰਿਰਾਏ ਜੀ ਦੇ ਕੋਲ ਸੀ। ਉਹਦਾ ਕਾਰਨ ਇਹ, ਮੈਂ ਇਸ ਤਰ੍ਹਾਂ ਲੌਜਿਕ ਲੈ ਰਿਹਾ ਕਿ ਔਰੰਗਜ਼ੇਬ ਦਾ ਭਰਾ ਉੱਥੋਂ ਦਵਾਈ ਲੈਣ ਵਾਸਤੇ ਉਹਦਾ ਪਿਓ ਆ ਰਿਹਾ, ਉਹਨਾਂ ਨੂੰ ਆਪਣੇ ਸਾਰੇ ਇੰਡੀਆ 'ਚ ਕੋਈ ਹੋਰ ਡਿਸਪੈਂਸਰੀ ਨਹੀਂ ਲੱਭੀ, ਜਿਹਨੂੰ ਉਹ ਦੁਸ਼ਮਣ ਸਮਝ ਰਹੇ ਆ ਗੁਰੂ ਪਰਿਵਾਰ ਨੂੰ, ਉਹਨਾਂ ਕੋਲ ਦਵਾਈ ਮੰਗ ਰਹੇ ਆ। ਦੈਟ ਮੀਨਸ ਉਸ ਤੋਂ ਉੱਤੇ ਕੋਈ ਹੋਣੀ ਹੋਈ ਨਹੀਂ, ਕੋਈ ਚਾਰਾ ਹੀ ਨਹੀਂ ਹੁਣ ਤਾਂ ਵੀ, ਹੁਣ ਲੋੜ ਵੇਲੇ ਉਹਨਾਂ ਨੇ ਪੂਰਾ ਆਪਣਾ ਜਿਹੜਾ ਸਤਿਕਾਰ ਦਿਖਾਇਆ, ਯੂਨੋ ਪਹਿਰਾਵਾ ਕਰਕੇ ਜੋ ਵੀ ਆਪਣਾ ਬਨਾਵਟੀ ਕਰਕੇ ਮੰਗੀ ਦਵਾਈ, ਅਤੇ ਉਹ ਦਾਰਾ ਸ਼ਿਕੋ ਠੀਕ ਵੀ ਹੋਇਆ ਉਹਦੇ ਨਾਲ। ਸੋ ਇਹ ਪੱਕੀ ਗੱਲ ਹੈ ਕਿ ਸਾਨੂੰ ਗੁਰੂ ਸਾਹਿਬ ਨੇ ਜਿਹੜਾ ਰਸਤਾ ਦਿੱਤਾ, ਵਣ ਜੀਵਨ ਦੀ ਸੰਰਕਸ਼ਣ ਕੀਤਾ, ਆਪਣੇ ਸਿੱਖਾਂ ਨੂੰ ਬੂਟੇ ਲਾਉਣੇ ਸਿਖਾਉਣੇ, ਆਪ 'ਚ ਦਵਾਈਆਂ ਤਿਆਰ ਕਰਨੀਆਂ, ਹਰਬਲ ਮੈਡੀਸਨ ਜਿਹਨੂੰ ਆਪਾਂ ਆਯੁਰਵੇਦ ਹੁਣ ਕਹਿੰਦੇ ਹਾਂ, ਉਹ ਸਾਡੇ ਘਰ ਦੀ ਚੀਜ਼ ਹੈ ਸਭ ਕੁਛ, ਅਤੇ ਅਸੀਂ ਇਹਨੂੰ ਗਵਾਈਏ ਨਾ,
ਸ਼ੁੱਧ ਭੋਜਨ ਇਹ ਗਵਾਈ ਹੈ ਨਾ। ਸੋ 14 ਮਾਰਚ ਨੂੰ ਮਨਾਉਣ ਦਾ, ਉਸ ਗੁਰਪੁਰਬ ਨੂੰ ਮਨਾਉਣ ਦਾ ਵੀ ਢੰਗ ਵੀਰ ਜੀ ਨੇ ਵੇਖ ਲਿਆ। ਸਾਲ ਵੀਰ ਜੀ ਦੱਸ ਰਹੇ ਨੇ ਕਿੰਨੇ ਦੇਸ਼ਾਂ ਨੇ ਮਨਾਇਆ ਜੀ? ਇਹ ਪਿਛਲੇ ਸਾਲ 15 ਦੇਸ਼ਾਂ ਚ ਦੁਨੀਆਂ ਭਰ ਦੇ ਇਹ ਸਿੱਖ ਵਾਤਾਵਰਨ ਦੇ ਸਿੱਖਾਂ ਦੇ ਹਰ ਅਦਾਰੇ ਨੇ ਮਨਾਇਆ ਜੀ 14 ਮਾਰਚ ਨੂੰ। ਐਤਕੀ ਆਪਾਂ ਸਾਰਿਆਂ ਨੇ ਮਨਾਉਣਾ 14 ਮਾਰਚ ਨੂੰ। ਜਿੰਨੇ ਸ਼ਹਿਰ ਨੇ ਨਾ, ਜਿੰਨੇ ਗੁਰੂ ਹਰਿਰਾਇ ਸਾਹਿਬ ਜੀ ਨਾਲ ਪਿਆਰ ਕਰਦੇ ਹੋ, ਸਾਰੇ ਸੱਤਵੇਂ ਪਾਤਸ਼ਾਹ ਦੇ ਗੁਰਪੁਰਬ ਨੂੰ ਨਾ ਆਪਾਂ 14 ਮਾਰਚ ਨੂੰ, ਗੁਰਤਾ ਗੱਦੀ ਦਿਵਸ ਨੂੰ ਕੁਦਰਤੀ ਦਿਨ ਮਨਾਉਣਾ, ਕੁਦਰਤ ਦਾ ਦਿਹਾੜਾ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਦਾ ਦਿਹਾੜਾ ਮਨਾਵਾਂਗੇ। ਕੇਤੀਆਂ ਤੇਰੀਆਂ ਕੁਦਰਤੀ, ਕੇਵਟ ਤੇਰੀ ਦਾਤ, ਕੇਤੇ ਤੇਰੇ ਜੀ ਜੰਤ, ਸਿਫਤ ਕਰੇ ਦਿਨ ਰਾਤ, ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ, ਸਾਰੀ ਕੁਦਰਤ ਵਿੱਚ ਉਹ ਕਾਦਰ ਬੈਠਾ, ਉਹਦਾ ਦਿਹਾੜਾ ਮਨਾਉਣਾ ਅਸੀਂ। ਕੁਦਰਤ ਦੇ ਸ਼ਬਦ ਪੜ੍ਹਨੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਅੱਜ ਅਸੀਂ ਇਹ ਸਾਰਿਆਂ ਨੂੰ ਦੂਸ਼ਿਤ ਕੀਤਾ, ਅਸੀਂ ਆਪ ਆਪਣੀ ਮੌਤ ਵੱਲ ਨੂੰ ਤੋਰਿਆ ਆਪਣੇ ਆਪ ਨੂੰ, ਅਤੇ ਜੇ ਇਹਨੂੰ ਬਚਾ ਲਾਂਗੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਅਸੀਂ ਆਪਣੇ ਘਰਾਂ ਵਿੱਚ ਵੀ ਦੇਖੀਏ, ਅਸੀਂ ਪਾਣੀ ਦੀ ਦੁਰਵਰਤੋਂ ਕਿੱਦਾਂ ਕਰਦੇ ਹਾਂ, ਵੇਸਟੇਜ ਕਰਦੇ। ਇਹ ਦਿਵਸ ਹੀ ਇਸ ਵਾਸਤੇ ਬਣਿਆ, ਇੱਕ ਅੰਦਰ ਝਾਤ ਅਤੇ ਬਾਹਰ ਉਹਨੂੰ। ਕਈ ਕਈ ਸਾਨੂੰ ਸਿੱਖ ਪੁੱਛਦੇ ਨੇ ਵੀ ਇਹ ਦਿਨ ਕਿਵੇਂ ਮਨਾਈਏ, ਕਿਵੇਂ ਗੁਰਪੁਰਬ, ਅਤੇ ਇਹਦਾ ਵੀ ਸੌਖਾ ਤਰੀਕਾ ਇੱਕ ਤੁਸੀਂ ਦੱਸਿਆ ਕਿ ਕੁਦਰਤ ਦੇ ਨਾਲ ਰਿਲੇਟਡ ਜਿਹੜੇ ਸ਼ਬਦ ਨੇ ਉਹਨਾਂ ਦਾ ਕੀਰਤਨ ਦਰਬਾਰ ਸਮਾਗਮ ਕਰਾਉਣੇ, ਕਥਾ ਦਰਬਾਰ ਕਰਾਉਣੇ, ਕਿਉਂਕਿ ਵਿਸ਼ਾ ਨਵੇਕਲਾ ਹੈ। 50 ਸਾਲ ਤੋਂ ਜਿਹੜੀ ਨਾ ਕੁਦਰਤ ਦਾ ਜਿਹੜਾ ਉਹ ਘਾਣ ਸ਼ੁਰੂ ਹੋਇਆ, ਬੜਾ ਨਵਾਂ ਵਿਸ਼ਾ ਬਣਿਆ, ਸਾਇੰਟਿਸਟ ਆਪ ਹਜੇ ਰਿਸਰਚ ਕਰ ਰਹੇ ਨੇ, ਲੋਕਾਂ ਨੂੰ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ। ਸੋ ਗੁਰੂ ਘਰਾਂ ਤੋਂ ਇਹ ਆਵਾਜ਼ ਜਾਣੀ ਕਿ ਸਾਨੂੰ ਘਰ ਘਰ ਵਿੱਚ ਰੁੱਖ ਲਾਉਣਾ ਚਾਹੀਦਾ, ਕਿ ਸਾਨੂੰ ਘਰਾਂ ਵਿੱਚ ਸਾਈਕਲ ਰੱਖਣੇ ਚਾਹੀਦੇ, ਵੀ ਨੇੜੇ ਵਾਲੇ ਡਿਸਟੈਂਸ ਜਿਹੜੇ ਉਹ ਸਾਈਕਲ ਦਾ ਉਪਯੋਗ ਕਰਨਾ, ਇਹ ਆਪਣੇ ਆਪ 'ਚ ਸੇਵਾ। ਬੱਚਿਆਂ ਨੂੰ ਕੁਦਰਤ ਦੇ ਉੱਤੇ ਪੇਂਟਿੰਗ ਦੇ ਕੰਪੀਟੀਸ਼ਨ ਕਰਾਉਣੇ ਕਿ ਬੱਚੇ ਅੱਜ ਹੀ ਜੁੜ ਜਾਣ, ਇਹ ਨਾ ਕਹਿਣ ਸਾਨੂੰ ਕੱਲ੍ਹ ਨੂੰ ਬਾਪੂ ਤੁਹਾਡੇ ਟਾਈਮ 'ਚ ਚਿੜੀ ਹੁੰਦੀ ਸੀ ਉਹ ਕਿੱਥੇ ਹੈ, ਅਤੇ ਮੈਂ ਉਹਨੂੰ ਗੂਗਲ 'ਤੇ ਵਿਖਾਵਾਂ, ਪੁੱਤਰ ਇਹੋ ਜਿਹੀ ਹੁੰਦੀ ਸੀ, ਹੁਣ ਤਾਂ ਰਹੀ ਨਹੀਂ। ਸੋ ਅੱਜ ਜੇ ਉਹਨਾਂ ਨੂੰ ਦੱਸਾਂਗੇ ਤਾਂ ਇਹ ਕਦਮ ਪੁੱਟਣ ਦੀ ਗੱਲ ਹੈ। ਜਿਵੇਂ ਵਿਸਾਖੀ 'ਤੇ ਅਸੀਂ ਅੰਮ੍ਰਿਤ ਛਕਾਉਣਾ ਨਾ, ਉਹ ਡੇ 1 ਹੁੰਦਾ, ਪ੍ਰੋਗਰੈਸ ਤਾਂ ਨਿਤਨੇਮ ਨਾਲ ਅੱਗੋਂ ਹੋਣੀ ਹੈ। ਇਹ ਦਿਨ ਦਾ ਮਨਾਉਣਾ ਆਪਣੇ ਆਪ 'ਚ ਨਵਾਂ ਸੇਵਾ ਰੂਪ ਤਿਆਰ ਕਰਨਾ ਆਪਣੇ ਸਿੱਖ ਕਮਿਊਨਿਟੀ ਦੇ ਵਿੱਚ। ਇਹ ਨਵੀਂ ਗੱਲ ਮੈਂ ਤੁਹਾਨੂੰ ਦੱਸਾਂ ਵੀਰ ਜੀ ਕਿ ਦੁਨੀਆਂ ਦੀਆਂ ਜਿੰਨੇ ਫੇਥਸ ਨੇ, ਜਿੰਨੇ ਧਰਮ ਨੇ, ਕੇਵਲ ਸਿੱਖ ਕਮਿਊਨਿਟੀ ਨੇ ਆਪਣਾ ਵਾਤਾਵਰਨ ਦਿਵਸ ਬਣਾਇਆ, ਹੁਣ ਤੱਕ 7 ਸਾਲ ਮਨਾ ਚੁੱਕੀ ਹੈ, ਹੋਰ ਕੋਈ ਕਮਿਊਨਿਟੀ ਨਹੀਂ ਹੈ। ਸੋ ਮਾਣ ਨਾਲ ਜਿਹੜਾ ਗੁਰੂ ਸਾਹਿਬ ਦਾ ਦਿਵਸ ਸਾਨੂੰ ਜਿਹੜਾ ਮਿਲਿਆ, ਇਹਦੇ 'ਚ ਚਾਹੇ ਇੱਕ ਰੁੱਖ ਲਗਾਓ, ਚਾਹੇ ਪਾਣੀ ਦੀ ਬਚਤ ਲਈ ਸੈਮੀਨਾਰ ਕਰੋ, ਕੁਦਰਤੀ ਖੇਤੀ ਕਿਵੇਂ ਹੋਵੇ ਆਪਣੇ ਇਲਾਕੇ ਦੇ ਕਿਸਾਨਾਂ ਨੂੰ ਉਹ ਸਿਖਾਓ, ਗੁਰਦੁਆਰਿਆਂ 'ਚ ਔਰਗੈਨਿਕ ਲੰਗਰ ਸ਼ੁਰੂ ਕਰਾਓ। ਨੋਰਮਲ ਜੀਵਨ ਵਿੱਚ ਵੀ ਨਾ ਕਦੀ ਪਹਿਲੇ ਕੋਈ ਖੁੱਲ੍ਹੀ ਰਹਿ ਜਾਏ ਨਾ, ਟੂਟੀ ਵਗੈਰਾ 'ਤੇ ਚੱਲਦੀ ਰਹਿੰਦੀ ਸੀ, ਹੁਣ ਤਾਂ ਮੈਂ ਭੱਜ ਭੱਜ ਕੇ ਬੰਦ ਕਰਨਾ, ਪਾਣੀ ਦੀ ਵੇਸਟੇਜ ਨਹੀਂ ਹੋਣੀ। ਤੁਹਾਨੂੰ ਲੱਗਦਾ ਨਹੀਂ ਵੀਰ ਜੀ ਵੀ ਇਹ ਸੇਵਾ ਹੈ? ਕੁਦਰਤ ਨੇ ਐਸੇ ਐਸੇ ਚੀਜ਼ਾਂ ਸਾਨੂੰ ਦਿੱਤੀਆਂ ਨੇ ਕਿ ਅਸੀਂ ਡਾਕਟਰ ਕੋਲ ਜਾਣ ਦੀ ਲੋੜ ਨਾ ਪਵੇ, ਅਗਰ ਸਾਨੂੰ ਸੋਝੀ ਹੋ ਜਾਏ। ਅਤੇ ਇਹ ਦਿਹਾੜਾ ਜ਼ਰੂਰ ਮਨਾਉਣਾ, 14 ਮਾਰਚ ਅਸੀਂ ਸਾਰੇ ਮਨਾਵਾਂਗੇ। ਮੈਂ ਫਿਰ ਵੀ ਬੇਨਤੀ ਕਰਦਾ ਰਹਾਂਗਾ ਤੁਹਾਨੂੰ, ਅਤੇ ਤੁਸੀਂ ਇਸ ਬੇਨਤੀ ਨੂੰ ਯਾਦ ਰੱਖਣਾ, ਅਤੇ ਅੱਗੋਂ ਤੁਸੀਂ ਵੀ ਕਰਨਾ, ਤੁਸੀਂ ਵੀ ਪ੍ਰਚਾਰਕ ਹੋ ਆਪਣੇ ਆਪ ਵਿੱਚ, ਅਤੇ ਅਸੀਂ ਹਮਲਾ ਮਾਰਨਾ ਹੈ। ਜਿਹੜੀਆਂ ਜਿਹੜੀਆਂ ਗੱਲਾਂ ਮੈਂ ਫਿਰ ਰਿਪੀਟ ਕਰ ਰਿਹਾ ਜੀ, ਲੰਗਰ ਔਰਗੈਨਿਕ ਵਿੱਚ ਕੋਸ਼ਿਸ਼ ਕਰਨੀ ਹੈ ਜੀ ਅਸੀਂ, ਅਤੇ ਅਸੀਂ ਉਹਦਾ ਬਾਈਕਆਊਟ ਕਰਨਾ ਹੈ ਜਿਹੜਾ ਥਰਮਾਕੋਲ ਦਾ, ਕੋਸ਼ਿਸ਼ ਕਰਨੀ ਹੈ ਅਸੀਂ ਪੱਤਲ ਯੂਜ ਕਰੀਏ ਜਾਂ ਸਟੀਲ ਦੇ ਬਰਤਨ। ਜਦੋਂ ਸਟੀਲ ਦੇ ਬਰਤਨ ਯੂਜ ਕਰਾਂਗੇ ਤਾਂ ਸਾਨੂੰ ਸੇਵਾ ਮਿਲੇਗੀ, ਹਾਂਜੀ। ਅਤੇ ਬਾਕੀ ਪੌਦੇ ਲਾਉਣੇ ਆ ਆਪਾਂ, ਪਾਣੀ ਦੀ ਬਚਤ ਕਰਨੀ ਹੈ, ਵੇਸਟੇਜ, ਅਤੇ ਜਿਵੇਂ ਵੀਰ ਜੀ ਨੇ ਕਿਹਾ, ਜਿੱਥੇ ਲੋੜ ਨਾ ਹੋਵੇ ਕਾਰਾਂ ਕੂਰਾਂ ਨਾ ਚੱਕੋ, ਸਾਈਕਲਾਂ 'ਤੇ ਜਾਓ, ਪੈਦਲ ਵੀ ਸੈਰ ਕਰੋ, ਖੂਬ ਆਪਣੇ ਸਰੀਰ ਦਾ ਧਿਆਨ ਕਰੋ, ਅੰਮ੍ਰਿਤ ਵੇਲੇ ਉੱਠ ਕੇ
ਹਾਂਜੀ, ਇਹ ਅੱਜ ਅਗਰ ਧਿਆਨ ਰੱਖਾਂਗੇ ਜਿਹੜੀਆਂ ਬਿਮਾਰੀਆਂ ਸਾਨੂੰ ਲੱਗ ਗਈਆਂ ਛੋਟੀ ਉਮਰੇ, ਸਾਡੇ ਬੱਚਿਆਂ ਨੂੰ ਨਹੀਂ ਲੱਗਣਗੀਆਂ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।